ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਾਂਗੇ ਜੀ ਬਾਸਮਤੀ 1509 ਤੇ 1847 ਬਾਰੇ ਇਹਨਾਂ ਦੋਨਾਂ ਬਾਰੇ ਆਪਾਂ ਅੱਜ ਗੱਲ ਕਰਾਂਗੇ ਸੋ ਅੱਜ ਤੋਂ 20-25 ਦਿਨ ਬਾਅਦ ਜਿਹੜਾ ਪਨੀਰੀ ਬੀਜਣੀ ਜਿਹੜੀ ਇਹ ਸਟਾਰਟ ਹੋ ਜਾਣੀ ਹੈ ਸੋ ਇਹਨਾਂ ਦੋਨਾਂ ਵਿੱਚੋਂ ਕਿਹੜੀ ਵਧੀਆ ਰਹੂਗੀ ਪ੍ਰੋਪਰ ਜਾਣਕਾਰੀ ਤੁਹਾਨੂੰ ਆਪਾਂ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸੋ ਪਹਿਲਾਂ ਗੱਲ ਕਰ ਲੈਨੇ ਆ ਜੀ 1509 ਬਾਰੇ 1509 ਦਾ ਤਕਰੀਬਨ ਲੋਕਾਂ ਨੂੰ ਸਾਰਾ ਪਤਾ ਹੀ ਹੈ ਕਿਉਂਕਿ ਜਿਹੜੀ ਆ 1509 ਕਾਫੀ ਦੇਰ ਤੋਂ ਪੰਜਾਬ 'ਚ ਲੱਗੀ ਜਾਂਦੀ ਹੈ ਤੇ 1847 ਜਿਹੜੀ ਉਹ ਬੋਦਕਾਟ ਲੱਗੀ ਸੀ ਪਿਛਲੀ ਵਾਰ ਬੋਦਕਾਟ ਏਰੀਆ ਦੇ ਜਿਹੜੀ 1847 ਲੱਗੀ ਸੀ 1509 ਜਿਹੜੀ ਐਂਡ ਤੇ ਆ ਕੇ ਬਿਮਾਰੀ ਆ ਕੇ ਪੈ ਜਾਂਦੀ ਹੈ ਜਿਹਨੂੰ ਗਰਦਮ ਰੋਡ ਵੀ ਕਹਿ ਦਿੰਦੇ ਆ ਉਤੋਂ ਧੌਣ ਤੋਂ ਜਿਹੜੇ ਪੱਤੇ ਸੜ ਕੇ ਸੁੱਕ ਕੇ ਜਿਹੜੇ ਧੌਣ ਦੀ ਠਾਂ ਛੁੱਟ ਜਾਂਦੀ ਹੈ ਤੇ ਇੱਕ ਬਲਾਈਟ ਜੀ ਬਹੁਤ ਜ਼ਿਆਦੀ ਜਿਹੜੀ ਆ ਇਹਨੂੰ ਪੈਣੀ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਆ ਇਹ ਜਦੋਂ ਪੱਕਣ ਤੇ ਆਉਂਦੀ ਆ ਤੇ ਇਸ ਨੂੰ ਲੈ ਕੇ ਪੂਸਾ ਨੇ ਜਿਹੜੀ ਆ ਇਹਨੂੰ ਸੋਧ ਕੇ 18 1509 ਉਹਦੇ 1847 ਜਿਹੜਾ ਨਵਾਂ ਬੀਜਣ ਆ ਲਿਆਂਦਾ ਜਿਹੜੇ ਕਿਸਾਨਾਂ ਨੇ ਪਿਛਲੀ ਵਾਰ 1847 ਲਾਈ ਆ ਉਹਨਾਂ ਦੇ ਦੱਸਣ ਮੁਤਾਬਕ ਇਹ ਜਿਹੜੀ ਆ ਪਨੀਰੀ ਸਮੇਤ 125 ਦਿਨ ਲੈਂਦੀ ਆ ਤੇ ਝਾੜ ਇਹਦਾ 15099 ਜਿਹੜਾ ਵਾ 2-4 ਕੁਇੰਟਲ ਵਾਧਦੇ ਆ ਤੇ ਬਿਮਾਰੀਆਂ ਬਹੁ ਘੱਟ ਪੈਂਦੀ ਆ ਸੋ ਜਿਹੜੇ ਕਿਸਾਨਾਂ ਨੇ ਲਗਾਉਣੀ ਆ ਉਹ ਸਾਰੀ ਪੈੜੀ ਵਿੱਚ ਨਾ ਲਗਾਉਣਾ ਜੇ ਮੰਨ ਲਓ ਆਪਾਂ 10 ਕਿੱਲੇ ਲਗਾਉਣ ਵਾਰੇ ਸੋਚਿਆ ਤੇ ਉਹਦੇ ਵਿੱਚੋਂ 5 ਤੁਸੀਂ 1509 ਲਾਓ ਤੇ 5 ਜਿਹੜੀ 1847 ਲਾਓ ਫਿਰ ਤੁਹਾਨੂੰ ਜਿਹੜਾ ਪਤਾ ਲੱਗ ਜੂਗਾ ਕਿ ਇਹਦਾ ਝਾੜ ਕਿਦਾਂ ਦਾ ਕੀ ਕੀ ਪਰਫਾਰਮੈਂਸ ਆ ਤੇ ਫਿਰ ਆਉਦੇ ਸਾਲੋਂ ਤੁਸੀਂ ਜਿਹੜੀ ਵਾਧਾ ਲਾ ਸਕਦੇ ਜੇ ਜੇ ਹੋਣੀ ਆਪਾਂ ਵਾਧਾ ਲਾ ਲਈ ਤੇ ਕਿਸੇ ਵੇਲੇ ਬੀਜ ਵੀ ਜਿਹੜਾ ਨਕਲੀ ਮਿਲ ਜਾਂਦਾ ਤੇ ਫਿਰ ਉਹ ਨੁਕਸਾਨ ਜਿਹੜਾ ਆਪਾਂ ਨੂੰ ਜ਼ਿਆਦਾ ਹੋ ਜਾਂਦਾ ਸੋ ਇਸ ਕਰਕੇ ਇਹਨੂੰ ਤੁਸੀਂ ਡਿਵਾਈਡ ਕਰਕੇ ਲਾਓ 1509 ਤੇ ਇਹਨੂੰ ਅੱਧਾ-ਅੱਧਾ ਕਰਕੇ ਤੁਸੀਂ ਲਗਾਓ